ਪੰਜਾਬ ਦਰਸ਼ਨ ਦੇ ਸਰੋਤਿਆਂ ਦਾ ਅਸੀਂ ਅੱਜ ਦੇ ਪ੍ਰੋਗਰਾਮ 'ਚ ਨਿੱਘਾ ਸਵਾਗਤ ਕਰਦੇ ਹਾਂ। ਗੁਰਬਾਣੀ ਕੀਰਤਨ ਸਿੱਖ ਧਰਮ 'ਚ ਇੱਕ ਵਿਸ਼ੇਸ਼ ਜਗ੍ਹਾ ਰੱਖਦਾ ਹੈ। ਸਾਡੇ ਲਈ ਬੜੇ ਸੁਭਾਗ ਦੀ ਗੱਲ ਹੈ ਕਿ ਅੱਜ ਸਾਡੇ ਸਟੂਡੀਓ ਵਿੱਚ ਪ੍ਰਸਿੱਧ ਕੀਰਤਨੀ ਜਥਾ ਭਾਈ ਦਿਲਬਾਗ ਸਿੰਘ ਜੀ ਅਤੇ ਭਾਈ ਗੁਲਬਾਗ ਸਿੰਘ ਜੀ ਹਾਜ਼ਰ ਨੇ। ਅਸੀਂ ਅੱਜ ਉਹਨਾਂ ਨੂੰ ਅੱਜ ਦੇ ਪ੍ਰੋਗਰਾਮ 'ਚ ਆਇਆਂ ਕਹਿੰਦੇ ਹਾਂ। ਸਰਦਾਰ ਸਾਹਿਬ ਸਟੂਡੀਓ ਆਉਣ ਲਈ ਬਹੁਤ ਬਹੁਤ ਮਿਹਰਬਾਨੀ। ਆਮ ਤੌਰ 'ਤੇ ਇਹ ਸਵਾਲ ਆਮ ਹੀ ਉੱਠਦਾ ਹੈ ਕਿ ਤੁਹਾਡੀ ਵਿਸ਼ੇਸ਼ਤਾ ਕਿ ਕਲਾਸੀਕਲ ਸੰਗੀਤ ਦੀ ਬੈਕਗ੍ਰਾਊਂਡ ਹੈ, ਕੀ ਤੁਹਾਨੂੰ ਸੰਗੀਤ ਦਾ ਬਚਪਨ ਤੋਂ ਲਗਾਓ ਸੀ ਜਾਂ ਵਿਰਸੇ 'ਚੋਂ ਨਸੀਬ ਹੋਇਆ? ਬੇਨਤੀ ਹੈ ਜੀ, ਸੰਗੀਤ ਇੱਕ ਇਲਾਹੀ ਦਾਤ ਹੈ ਅਤੇ ਬਚਪਨ ਤੋਂ ਤਾਂ ਸ਼ੌਕ ਸੀ ਇਹ, ਕਿਉਂਕਿ ਜੋ ਸੰਗੀਤ ਦੀ ਦੇਣ ਹੈ ਸਾਨੂੰ ਆਪਣੇ ਨਾਨਕਾ ਪਰਿਵਾਰ ਦੇ ਵਿੱਚੋਂ ਮਿਲੀ। ਜੀ ਜੀ, ਸਾਡੇ ਮਾਤਾ ਜੀ ਆਪਣੇ ਪਿਤਾ ਜੀ ਕਰਕੇ ਕਾਫੀ ਅੱਛਾ ਗਾਉਂਦੇ ਸਨ, ਸਾਨੂੰ ਲਗਨ ਉੱਥੋਂ ਲੱਗੀ। ਲੇਕਿਨ ਸਾਡੇ ਘਰ ਦੇ ਵਿੱਚ ਪਹਿਲਾਂ ਗਾਣਿਆਂ ਨਾਲ ਦੀ ਕੋਈ ਚੀਜ਼ ਨਹੀਂ ਸੀ, ਸੰਗੀਤ ਨਾਲ ਦੀ ਕੋਈ ਚੀਜ਼ ਨਹੀਂ ਸੀ। ਸ਼ੌਕ ਤਾਂ ਬਚਪਨ ਤੋਂ ਸੀ, ਲੇਕਿਨ ਕੁਝ ਮਜਬੂਰੀਆਂ ਸਮੇਂ ਨੇ ਸਾਥ ਨਹੀਂ ਦਿੱਤਾ। ਜੀ ਜੀ, ਵੈਸੇ ਤੁਸੀਂ ਉਚੇਚਾ ਤੌਰ 'ਤੇ ਕਿਸੇ ਉਸਤਾਦ ਜੀ ਤੋਂ ਵੀ ਸਿੱਖਿਆ? ਹਾਂਜੀ, ਪਹਿਲੇ ਮੈਂ ਆਪਣੇ ਨਾਨਾ ਜੀ ਕੋਲੋਂ ਤਾਲੀਮ ਲਈ, ਜਿਹਨਾਂ ਦਾ ਨਾਮ ਭਾਈ ਨੰਦ ਜੀ ਸੀ, ਉਹ ਭਾਈ ਮੁਖਤਾਰ ਜੀ ਦੇ ਸ਼ਗਿਰਦ ਸਨ। ਭਾਈ ਮੁਖਤਾਰ ਜੀ ਭਾਈ ਜਾਨ ਜੀ ਦੇ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸਨ। ਉਹਨਾਂ ਤੋਂ ਬਾਅਦ ਮੈਂ ਮੈਟ੍ਰਿਕ ਕਰਨ ਤੋਂ ਬਾਅਦ ਪੰਡਿਤ ਬਾਬੂਰਾਮ ਜੀ ਦੇ ਕੋਲ, ਜੋ ਕਿ ਮਹਾਨ ਸੰਗੀਤਾਚਾਰੀ ਸਨ, ਉਹਨਾਂ ਦੇ ਕੋਲੋਂ ਤਾਲੀਮ ਲੈਣੀ ਸ਼ੁਰੂ ਕੀਤੀ। ਭਾਈ ਸਾਹਿਬ ਤੁਸੀਂ ਵੀ? ਨਹੀਂ ਜੀ, ਮੈਂ ਤਾਂ ਭਾਈ ਸਾਹਿਬ ਤੋਂ ਬੜੇ ਭਾਈ ਸਾਹਿਬ ਤੋਂ ਸਿੱਖਿਆ ਸੀ। ਅੱਛਾ ਅੱਛਾ, ਵੈਸੇ ਕੁਦਰਤੀ ਐਸੀ ਮਹਾਨ ਬਖਸ਼ਿਸ਼ ਹੈ ਕਿ ਤੁਹਾਨੂੰ ਬਹੁਤ ਗੋਡ ਗਿਫਟ ਵੀ ਮੈਂ ਕਹਿ ਸਕਦਾ, ਕੁਦਰਤ ਦੀ ਇੰਨੀ ਬਖਸ਼ਿਸ਼ ਹੈ ਤੁਹਾਡੇ 'ਤੇ ਕਿ ਤੁਸੀਂ, ਮੈਨੂੰ ਲੱਗਦਾ ਕਿ ਬੜੀ ਮਿਹਨਤ। ਮਾਲ ਸਾਹਿਬ ਅਰਜ਼ੇ ਗੋਡ ਗਿਫਟ ਹੈ ਹੀ, ਸੰਗੀਤ ਹੈ ਹੀ ਗੋਡ ਗਿਫਟ। ਜੀ ਜੀ, ਲੇਕਿਨ ਜਿਹੜੇ ਲੋਕ ਇਸਨੂੰ ਗੋਡ ਗਿਫਟ ਮਹਿਸੂਸ ਕਰ ਲੈਂਦੇ ਨੇ, ਜੀ ਜੀ, ਉਹ ਉਹਨਾਂ ਕੋਲ ਸੰਗੀਤ ਫਿਰ ਗਿਫਟ ਦੇ ਤੌਰ 'ਤੇ ਰਹਿ ਜਾਂਦਾ ਹੈ। ਲੇਕਿਨ ਇਹ ਗਿਫਟ ਨਹੀਂ, ਜੇ ਗੁਰਬਾਗ ਸਿੰਘ ਜੀ ਕਿਸੇ ਦੇ ਕੋਲ ਗਏ ਨੇ ਤੇ, ਲੇਕਿਨ ਇਹਨਾਂ ਨੇ ਬੜੀ ਸਟਰਗਲ ਦੇ ਨਾਲ ਮਿਹਨਤ ਕੀਤੀ। ਪਹਿਲੇ ਮੁਲਾਜ਼ਮ ਸਨ, ਪੜ੍ਹਦੇ ਸਨ, ਪੜ੍ਹਨ ਤੋਂ ਬਾਅਦ ਵੀ ਜਦੋਂ ਸਕੂਲ ਟਾਈਮ 'ਤੇ ਆਉਣਾ ਜਾਂ ਸਕੂਲ ਟਾਈਮ ਤੋਂ ਪਹਿਲੇ ਜਾਣ ਤੋਂ ਪਹਿਲਾਂ ਮੇਰੇ ਨਾਲ ਬੈਠਣਾ, ਸ਼ਾਮ ਨੂੰ ਆ ਕੇ ਜੇ ਮੈਂ ਕਰਨੇ ਤੋਂ ਬਾਅਦ ਵਿੱਚ ਰਿਆਜ਼ ਕਰਨਾ, ਡਿਊਟੀ ਜਦੋਂ ਫਿਰ ਡਿਊਟੀ 'ਤੇ ਹੋ ਗਿਆ, ਫਿਰ ਡਿਊਟੀ 'ਤੇ ਵੀ ਜਾਣ ਤੋਂ ਪਹਿਲਾਂ, ਡਿਊਟੀ 'ਤੇ ਆਉਣ ਤੋਂ ਬਾਅਦ ਵੀ ਇਹਨਾਂ ਨੂੰ ਬਹੁਤ ਮੇਰੇ ਨਾਲੋਂ ਵੀ ਜ਼ਿਆਦਾ ਸ਼ੌਕ। ਸਾਇੰਸ ਸਾਹਿਬ, ਜਿੱਦਾਂ ਹੁਣ ਤੁਸੀਂ ਦੱਸਿਆ ਕਿ ਬੇਸਿਕਲੀ ਤੁਹਾਡੀ ਤੁਸੀਂ ਮਿਊਜ਼ਿਕ ਸਿੱਖਿਆ, ਕਿ ਜਦ ਤੁਸੀਂ ਮਿਊਜ਼ਿਕ ਸਿੱਖ ਰਹੇ ਸੀ ਕਿ ਉਸ ਵੇਲੇ ਤੁਹਾਡੇ ਜ਼ਿਹਨ 'ਚ ਸੀ, ਤੁਹਾਡੇ ਸੋਚ ਵਿੱਚ ਸੀ ਕਿ ਤੁਸੀਂ ਗੁਰਬਾਣੀ ਕੀਰਤਨ ਦਾ ਬੋਲਾ ਇਹ ਫੀਲਡ ਅਖਤਿਆਰ ਕਰਨੀ ਹੈ, ਕਿ ਪਹਿਲਾਂ ਤੁਸੀਂ ਹੋਰ ਉਹ ਵੀ ਸੋਚਦੇ ਸੀ? ਮਾਲ ਸਾਹਿਬ, ਪਹਿਲੇ ਮੇਰੀ ਸੋਚ ਸਿਰਫ ਇੱਥੇ ਤੱਕ ਮਹਿਦੂਦ ਸੀ ਕਿ ਮੈਂ ਅੱਛਾ ਗਾਇਕ ਬਣ ਸਕਾਂਗਾ। ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਗਾਇਕ ਕੀ ਚੀਜ਼ ਹੁੰਦਾ ਹੈ। ਮੇਰੇ ਮਨ ਵਿੱਚ ਲਗਨ ਸੀ ਕਿ ਕਦੇ ਮੈਂ ਵੀ ਗਾ ਸਕਾਂਗਾ। ਸੰਗੀਤ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਸੀ ਕਿ ਸੰਗੀਤ ਕੀ ਹੈ, ਇਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਸੀ। ਲੇਕਿਨ ਇਸ ਗੱਲ ਬਾਰੇ ਮੇਰੇ ਮਨ ਤੜਪ ਸੀ ਕਿ ਕਦੀ ਮੈਂ ਵੀ ਗਾ ਸਕਾਂਗਾ। ਫਿਰ ਇਸ ਤੋਂ ਬਾਅਦ ਜਦ ਸਿੱਖਣਾ ਸ਼ੁਰੂ ਕਰ ਦਿੱਤਾ ਤੇ ਫਿਰ ਬਹੁਤ ਮੁਸ਼ਕਿਲਾਂ ਪੇਸ਼ ਆਈਆਂ। ਘਰ ਦੇ ਹਾਲਾਤ ਸਾਜ਼ਗਾਰ ਨਹੀਂ ਸਨ, ਉਸਤਾਦ ਦੀ ਫੀਸ ਨਹੀਂ ਸਨ ਦੇ ਸਕਦੇ। ਜੇ ਇਹੋ ਜਿਹੀ ਕੋਈ ਬਾਤ ਸੀ ਤੇ ਘਰ ਤੋਂ ਪੈਂਡਾ ਬਹੁਤ ਦੂਰ ਸੀ, ਸਾਡਾ ਪਿੰਡ ਬੋਦਲ ਸਭ ਤੋਂ ਕੜਦੀ ਵਾਲਾ ਤਕਰੀਬਨ 7-8 ਮੀਲ ਹੈ। ਜੀ ਜੀ, ਰੋਜ਼ ਪੈਦਲ ਜਾਣਾ ਔਰ ਰੋਜ਼ ਪੈਦਲ ਆਉਣਾ, ਔਰ ਸਾਡੇ ਉਸਤਾਦ ਜੀ ਬੜੇ ਸਖਤ ਮਿਜਾਜ਼ ਸਨ, ਜਿੱਥੇ ਉਹ ਐਡੇ ਮਹਾਨ ਸੰਗੀਤਕਾਰ ਸਨ, ਬੜੇ ਸਖਤ ਮਿਜਾਜ਼ ਸਨ। ਇਸ ਕਰਕੇ ਮਿਜਾਜ਼ ਇਸ ਕਰਕੇ ਉਹਨਾਂ ਦੇ ਸਖਤ ਨਹੀਂ ਸੀ, ਉਹ ਵੇਖਦੇ ਸਨ ਕਿ ਆਇਆ ਜਿਹੜਾ ਸ਼ਾਗਿਰਦ ਮੇਰੇ ਕੋਲ ਆ ਰਿਹਾ ਹੈ, ਇਹਦੇ ਵਿੱਚ ਕੋਈ ਲਗਨ ਹੈ, ਇਹਦੇ ਵਿੱਚ ਕੋਈ ਤੜਫ ਹੈ, ਇਹਦੇ ਵਿੱਚ ਸਿੱਖਣ ਦਾ ਜਜ਼ਬਾ ਹੈ, ਇਹ ਮੇਰੇ ਗੁੱਸੇ ਨੂੰ ਬਰਦਾਸ਼ਤ ਕਰ ਸਕਦਾ ਹੈ। ਉਹ ਪਹਿਲੇ ਇੱਕ ਕਿਸਮ ਦਾ ਇਗਜ਼ਾਮ ਹੀ ਸੀ, 6-7 ਮਹੀਨੇ ਤੋਂ ਉਹਨਾਂ ਨੇ ਮੈਨੂੰ ਬਿਲਕੁਲ ਲਾਗੇ ਵੀ ਨਹੀਂ ਹੋਣ ਦਿੱਤਾ। ਵੈਸੇ ਮਿਹਨਤ ਅਤੇ ਲਗਨ ਬਾਹਰ ਆਉਂਦੀ ਹੈ। ਭਾਈ ਸਾਹਿਬ, ਤੁਸੀਂ ਬੀਤੇ ਵਰ੍ਹਿਆਂ 'ਚ ਦੇਖੋ ਗੁਰਬਾਣੀ ਤਾਂ ਹੈ ਹੀ ਸਾਰੀ ਸੰਗੀਤ ਦੀ, ਹਾਂਜੀ, ਔਰ ਭਾਈ ਸਮੋਹਨ ਸਿੰਘ ਜੀ ਇਹਨਾਂ ਦੀ ਪੀੜ੍ਹੀ ਦਾ ਸੰਗੀਤ ਕਲਾਸੀਕਲ ਬੇਸ 'ਤੇ ਸੀਗਾ, ਅਤੇ ਉਸ ਪੀੜ੍ਹੀ ਤੋਂ ਬਾਅਦ ਜਿਹੜੀ ਨਵੀਂ ਪੀੜ੍ਹੀ ਹੈ, ਜਿਹੜੀ ਮੈਂ ਕੋਈ ਪਿਛਲੇ 30-35 ਸਾਲ ਗਿਣ ਸਕਦਾ ਲੋਕ ਦਹਾਕਿਆਂ ਨੂੰ, ਜਿੱਦਾਂ ਕਿ ਰੁਝਾਨ ਕਲਾਸੀਕਲ ਦੀ ਬਜਾਏ ਲਾਈਟ 'ਚ ਆ ਗਿਆ, ਔਰ ਗੁਸਤਾਖੀ ਹੋਵੇ ਤਾਂ ਮੈਂ ਮਾਫ਼ ਕਰਨਾ, ਅਤੇ ਉਹ ਵੀ ਇਹ ਹੈ ਕਿ ਕਈ ਤਾਂ ਗਜ਼ਲ ਨੁਮਾ ਕਹਿੰਦੇ ਨੇ, ਅੱਜ ਕੱਲ੍ਹ ਕੀਰਤਨ ਵੀ ਹੋ ਰਿਹਾ, ਅਤੇ ਇਸ ਬਾਰੇ ਤੁਸੀਂ ਚੰਦ ਆਪਣੇ ਵਿਚਾਰ? ਅਸਲ ਵਿੱਚ ਮਾਲ ਸਭ ਗੱਲ ਇਹ ਹੈ ਵੀ ਅੱਜ ਦਾ ਸੰਗੀਤ ਨਹੀਂ ਰਹਿ ਗਿਆ, ਇਹ ਤਾਂ ਵਪਾਰਕ ਢਾਂਚਾ ਬਣ ਗਿਆ। ਕੀਰਤਨ ਨੂੰ ਵੀ ਜੇ ਆਪਾਂ ਇਹ ਕਹਿ ਲਈਏ ਕਿ ਜੋ ਕੀਰਤਨ ਦੀ ਸ਼ੈਲੀ ਸੀ, ਜੋ ਪੁਰਾਤਨ ਕੀਰਤਨ ਸੀ, ਉਸ ਨੂੰ ਤੋੜ ਮਰੋੜ ਕੇ ਫਿਲਮੀ ਤਰਜ਼ ਦਾ ਅੱਜ ਦਾ ਕੀਰਤਨ ਹੋ ਗਿਆ। ਅਸੀਂ ਇਸ ਗੱਲ 'ਤੇ ਮੈਂ ਨੁਕਤਾ ਚਿੰਨ੍ਹ ਨਹੀਂ ਕਰਦਾ, ਪਿਛਲੇ ਬਜ਼ੁਰਗ ਮਹਾਨ ਕੀਰਤਨੀ ਸਨ, ਕਾਫੀ ਅੱਛੇ ਅੱਛੇ ਇਸ ਪੀੜ੍ਹੀ ਦੇ ਵਿੱਚ ਵੀ, 47 ਤੋਂ ਬਾਅਦ ਵੀ ਚੰਗੇ ਚੰਗੇ ਸੰਗੀਤਕਾਰ ਇਸ ਫੀਲਡ ਵਿੱਚ ਆਏ, ਲੇਕਿਨ ਉਹ ਲੋਕ ਵੀ ਪਬਲਿਕ ਦਾ ਟੇਸਟ ਦੇਖ ਕੇ ਉਹਨਾਂ ਨੇ ਇਤਨਾ ਹਲਕਾ ਇਸ ਨੂੰ ਕਰ ਦਿੱਤਾ,
ਆਸਤਾ ਆਸਤਾ ਲੋਕ ਸੰਗਤ ਦਾ ਰੁਝਾਨ ਪੁਰਾਤਨ ਕੀਰਤਨ ਤੋਂ ਬਿਲਕੁਲ ਦੂਰ ਜਾਂਦਾ ਦੂਰਦਾ ਰਿਹਾ। ਠੀਕ ਹੈ, ਜਦ ਅਸੀਂ ਵੀ ਸਟੇਜ 'ਤੇ ਜਾਂਦੇ ਹਾਂ ਤਾਂ ਲੋਕ ਪਹਿਲੇ ਇਹ ਸਵਾਲ ਕਰਦੇ ਹਨ, ਭਾਈ ਸਾਹਿਬ ਜੀ ਜ਼ਰਾ ਸਧਾਰਨ ਤਰੀਕੇ ਦੇ ਨਾਲ ਕੀਰਤਨ ਕਰੋ। ਅਤੇ ਦਾਸ ਅਮੂਮਨ ਇਸ ਤਰ੍ਹਾਂ ਭਾਈ ਸਾਹਿਬ ਦੇ ਆਖ ਦਿੰਦੇ ਨੇ, ਜਦ ਕੋਈ ਆਖਦਾ ਜੀ ਪੱਕਾ ਰਾਗ ਨਾ ਗਾਇਓ, ਅਤੇ ਭਾਈ ਗੁਲਬਾਗ ਸਿੰਘ ਜੀ ਉਚੇਚੇ ਤੌਰ 'ਤੇ ਆਖ ਦਿੰਦੇ ਹਨ ਵੀ ਭਾਈ ਸਾਹਿਬ ਜੀ ਕਦੀ ਕੱਚਾ ਫੁਲਕਾ ਖਾਧਾ ਹੈ, ਕਦੀ ਕਦੀ ਕੋਈ ਕੱਚਾ ਫਰੂਟ ਖਾਧਾ ਹੈ? ਬਿਲਕੁਲ ਨਹੀਂ। ਇਸ ਕਰਕੇ ਜੋ ਮਹਾਨ ਬਾਤ ਹੈ ਉਹ ਸੰਗੀਤ ਦੀ ਹੈ। ਜੇ ਮਹਾਰਾਜ ਚਾਹੁੰਦੇ ਉਸ ਵਕਤ ਅਤੇ ਲੋਕ ਸੌਂਗਾਂ ਦੇ ਦੀ ਆਧਾਰਿਤ 'ਤੇ ਵੀ ਬਾਣੀ ਦਾ ਉਚਾਰਨ ਕਰਦੇ ਸਨ। ਮਹਾਰਾਜ ਜੀ ਨੇ ਪਹਿਲ ਰਾਗ ਨੂੰ ਕਿਉਂ ਦਿੱਤੀ? ਕਿਉਂ ਰਾਗ, ਰਾਗ ਇੱਕ ਐਸੀ ਬਾਤ ਹੈ, ਰਾਗ ਦੇ ਨਾਲ ਮਿਲਿਆ ਜਾ ਸਕਦਾ ਹੈ, ਬਾਣੀ ਦੇ ਨਾਲ ਮਿਲਿਆ ਜਾ ਸਕਦਾ ਹੈ। ਸੋ ਮਤਲਬ ਮੈਂ ਸੋਚਿਆ ਜਿਹੜਾ ਜਿਸ ਤਰ੍ਹਾਂ ਸ਼ਬਦ ਨੂੰ ਜਿਹੜਾ ਰਾਗਾਂ 'ਚ ਮਹਾਰਾਜ ਨੇ ਬੰਦਿਸ਼ ਕੀਤੀਆਂ, ਉਹਨਾਂ 'ਚ ਉਸ ਰਾਗ 'ਚ ਸੁਣਨ ਦਾ ਆਪਣਾ ਇੱਕ ਅਲੱਗ ਹੀ ਸਵਾਦ ਹੈ। ਸਵਾਦ ਤਾਂ ਹੈ ਜੀ, ਲੇਕਿਨ ਸੁਣਨ ਵਾਸਤੇ ਵੀ ਸਰੋਤਾ ਵੀ ਇਸ ਗੱਲ ਦੇ ਯੋਗ ਹੋਣਾ ਚਾਹੀਦਾ ਹੈ। ਬਾਕੀ ਜੇ ਨਹੀਂ ਤਾਂ ਜਿਹੜਾ ਗਾਉਣ ਵਾਲਾ ਹੈ ਉਸਦੇ ਵਿੱਚ ਇਹ ਬਾਤ ਹੋਵੇ, ਉਹਦੇ 'ਤੇ ਗੁਰੂ ਸਾਹਿਬ ਦੀ ਕਿਰਪਾ ਹੋਵੇ ਕਿ ਉਹ ਕਿਸੇ ਨੂੰ ਆਪਣੇ ਨਾਲ ਜੋੜ ਸਕੇ। ਜੇ ਤਾਂ ਕੋਈ ਨਾਲ ਜੁੜ ਸਕਦਾ ਹੋਵੇ ਰਾਗ ਦੇ ਨਾਲ ਅਤੇ ਬਾਣੀ ਦੇ ਨਾਲ ਤਾਂ ਮਹਾਨ ਬਾਤ ਹੈ, ਨਹੀਂ ਤਾਂ ਘੱਟ ਤੋਂ ਘੱਟ ਇਹ ਗੱਲ ਗਾਉਣ ਵਾਲੇ ਵਿੱਚ ਕੀਰਤਨਕਾਰ ਵਿੱਚ ਵੀ ਹੋਣੀ ਚਾਹੀਦੀ ਹੈ ਕਿ ਉਹ ਉਸ ਸਰੋਤ ਨੂੰ ਆਪਣੇ ਨਾਲ ਜੋੜ ਸਕੇ। ਮੈਂ ਭਾਈ ਗੁਲਬਾਗ ਜੀ ਨੂੰ ਪੁੱਛਿਆ, ਭਾਈ ਸਾਹਿਬ ਜੀ ਤੁਸੀਂ ਅੱਜ ਦੇ ਯੁੱਗ 'ਚ ਜਾਂ ਕਿਸੇ ਵੀ ਯੁੱਗ 'ਚ ਤੁਹਾਨੂੰ ਕਿਹੜੇ ਕੀਰਤਨੀ ਜਥੇ ਨੇ ਤੁਹਾਡੇ ਮਨ ਨੂੰ ਜ਼ਿਆਦਾ ਤੁਸੀਂ ਨੇੜੇ ਹੋ ਮਹਿਸੂਸ ਕੀਤਾ? ਕੀਰਤਨੀ ਤਾਂ ਸਾਰੇ ਅੱਛੇ ਹੈ ਜੀ, ਅਤੇ ਲੇਕਿਨ ਅੱਜ ਕੱਲ੍ਹ ਦੇ ਜੋ ਇਸ ਦੌਰ ਵਿੱਚ ਜੋ ਅਸੀਂ ਦੇਖੇ ਹੈ ਜੀ, ਜੀ ਉਹਨਾਂ ਵਿੱਚ ਭਾਈ ਤਰਨ ਸਿੰਘ ਜੀ ਜ਼ਖਮੀ ਸਾਹਿਬ ਜੀ ਉਹ ਸੁਰਗਵਾਸ ਹੋ ਗਿਆ ਜੀ, ਅਤੇ ਭਾਈ ਬਲਵੀਰ ਸਿੰਘ ਜੀ ਤਰਨ ਤਾਰਨ ਵਾਲੇ ਉਹ ਅੱਛੇ ਜੀ, ਬਾਕੀ ਤਾਂ ਸਭ ਤਰਜਾ ਵਾਲੇ ਹੀ। ਸਹੀ ਹੈ। ਅੱਛਾ, ਤੁਸੀਂ ਤਾਂ ਕਾਫੀ ਅਰਸੇ ਤੋਂ ਇਸ ਫੀਲਡ 'ਚ, ਕਿੰਨੇ ਕੁ ਵਰਿਆਂ 'ਚ ਤੁਸੀਂ ਕੀਰਤਨ ਕਰ ਰਹੇ ਹੋ? ਮੈਂ ਤਕਰੀਬਨ ਜੀ 1963 ਤੋਂ ਬਾਅਦ ਇਸ ਫੀਲਡ ਵਿੱਚ ਆਏ ਜੀ। ਤੁਸੀਂ ਆਪਣੇ ਜਿੱਥੇ 'ਚ ਨਵੀਂ ਐਡੀਸ਼ਨ ਕੁਛ ਅਰਸੇ ਤੋਂ ਛੋਟੇ ਭਾਈ ਸਾਹਿਬ ਨੇ ਇਕਬਾਲ ਜੀ ਨੂੰ ਆਉਂਦਾ ਜੀ। ਹਾਂਜੀ ਇਕਬਾਲ ਜੀ, ਤੁਸੀਂ ਕਿੰਨੇ ਕੁ ਅਰਸੇ ਤੋਂ ਤਬਲਾ ਸਿੱਖ ਰਹੇ ਹੋ? ਮੈਂ 3 ਸਾਲ ਤੋਂ। ਤੁਹਾਡੇ ਉਸਤਾਦ ਜੀ ਦਾ ਨਾਮ ਜੀ? ਮੈਂ ਪਹਿਲਾਂ ਆਪਣੇ ਪਿਤਾ ਜੀ ਕੋਲੋਂ ਤਬਲਾ ਸਿੱਖਿਆ ਥੋੜ੍ਹਾ ਚਿਰ ਜੀ, ਫਿਰ ਉਹਨਾਂ ਨੇ ਮੈਨੂੰ ਖੁਦ ਹੀ ਉਸਤਾਦ ਰਮਾਕਾਂਤ ਜੀ ਜਿਹੜੇ ਕਿ ਅੱਜ ਕੱਲ੍ਹ ਜਲੰਧਰ ਰਹਿੰਦੇ ਨੇ ਅਤੇ ਉਹਨਾਂ ਦੇ ਕੋਲੋਂ ਮੈਂ ਵਿੱਦਿਆ ਪ੍ਰਾਪਤ ਕੀਤੀ। ਆਸ ਕੀਤੀ ਜਾਂਦੀ ਕਿ ਆਉਣ ਵਾਲੇ ਸਮੇਂ 'ਚ ਤੁਹਾਡੇ ਤੁਸੀਂ ਵੀ ਭਾਈ ਸਾਹਿਬ ਦੇ ਨਾਲ ਜਾਂ ਸਾਡੇ ਫਿਰ ਵੀ ਕਦੀ ਸ਼ਹਿਰ ਜਾਂ ਸਟੂਡੀਓ? ਮਾਲ ਸਾਹਿਬ ਜਿਸ ਤਰ੍ਹਾਂ ਅਸੀਂ ਇਸ ਬੱਚੇ ਨੂੰ ਤਿਆਰ ਕਰ ਰਹੇ ਹਾਂ, ਗੁਰੂ ਕਿਰਪਾ ਕਰੇ। ਹਾਂਜੀ, ਜਿਸ ਤਰ੍ਹਾਂ ਇਸ ਜ਼ੌਕ ਅਤੇ ਸ਼ੌਕ ਆ ਇਹ ਤਬਲੇ ਬਾਰੇ ਕੁਛ ਸਮਾਂ ਲੱਗਦਾ, ਹਰ ਚੀਜ਼ ਬਣਨ ਲੇਕਿਨ ਬੱਚਾ ਹੈ। ਹਾਂਜੀ, ਹੁਣ ਹਰ ਬਾਤ ਹੈ ਜੀ, ਇਹ ਤਾਂ ਰਿਆਜ਼ ਦੀ ਗੱਲ ਹੈ ਜੀ, ਮਿਹਨਤ ਹੈ ਜੀ। ਮਿਹਨਤ ਦੱਸੋ, ਅਸੀਂ ਤੁਹਾਡੇ ਸ਼ਹਿਰ 'ਚ ਆਏ ਹਾਂ, ਸਾਨੂੰ ਸਭ ਤੋਂ ਪਿਆਰੀ ਚੀਜ਼ ਸੰਗੀਤ ਹੀ ਹੈ। ਅੰਮ੍ਰਿਤ ਵੇਲੇ ਜਦ ਵੀ ਅਸੀਂ ਜਾਗਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡਾ ਜੋ ਆਪਣਾ ਜੀਵਨ ਦਾ ਰੂਟੀਨ ਹੈ, ਬੈਠ ਕੇ ਰਿਆਜ਼ ਕਰਦੇ ਹਾਂ। ਸਾਨੂੰ ਕੋਈ ਪ੍ਰੋਗਰਾਮ ਆਵੇ ਜਾਂ ਨਾ ਆਵੇ, ਜੋ ਸਾਡਾ ਜੀਵਨ ਹੈ ਉਹ ਸੰਗੀਤ ਹੈ। ਇਸ ਤੋਂ ਜ਼ਿਆਦਾ ਅਸੀਂ ਤੁਹਾਨੂੰ ਕੀ ਕਹਿ ਸਕਦੇ ਹਾਂ? ਨਹੀਂ ਜੀ, ਮੈਂ ਖੁਦ ਵੀ ਤੁਹਾਡਾ ਕੀਰਤਨ ਅਮੂਮਨ ਜਦ ਵੀ ਮੌਕਾ ਮਿਲਦਾ ਜ਼ਰੂਰ ਸੁਣਨਾ ਹੁੰਦਾ। ਤੁਸੀਂ ਸਾਡੇ ਸ਼ਹਿਰ ਔਰ ਉੱਤਰੀ ਅਮਰੀਕਾ 'ਚ ਪਹਿਲੀ ਵਾਰ ਆਏ ਹੋ ਅਤੇ ਸਾਡੇ ਲਈ ਬੜੇ ਮਾਣ ਦੀ ਗੱਲ ਹੈ। ਔਰ ਜਿਹੜੀ ਤੁਸੀਂ ਨਵੀਂ ਪਰੰਪਰਾ, ਤਾਂ ਨਹੀਂ ਮੈਂ ਕਹਿ ਸਕਦਾ, ਇਹ ਹੈ ਤਾਂ ਓਰੀਜਨਲ ਸਾਡੀ ਸਿੱਖਾਂ ਦੀ ਪਰੰਪਰਾ, ਬਿਲਕੁਲ ਤੁਸੀਂ ਮੁੜ ਕੇ ਸਾਹ ਦਿੱਤਾ, ਮੁੜ ਸੁਰਜੀਤ ਕੀਤਾ। ਠੀਕ ਹੈ, ਅਤੇ ਪਰਮਾਤਮਾ ਤੁਹਾਨੂੰ ਔਰ ਤੁਹਾਡੇ ਜਥੇ ਨੂੰ ਬਲ ਬਖਸ਼ੇ। ਮਾਨ ਸਾਹਿਬ, ਇਹ ਸਾਹ ਦੇਣ ਲਈ ਸਾਨੂੰ ਬੜੀ ਸਟਰਗਲ ਕਰਨੀ ਪਈ, ਭੁੱਖਾਂ ਦਾ ਸਾਹਮਣਾ ਕਰਨਾ ਪਿਆ, ਬਹੁਤ ਕੁਝ ਲੋਕਾਂ ਦੇ ਵਿੱਚ ਸਾਡੀ ਸ਼ੋਹਰਤ ਬੜੀ ਮੁੱਦਤ ਤੋਂ ਬਾਅਦ ਬਣੀ, ਜਦਕਿ ਸਾਨੂੰ ਪਹਿਲ ਮਿਲਣੀ ਚਾਹੀਦੀ ਸੀ ਇਸ ਵਿਸ਼ੇ 'ਤੇ, ਸਾਨੂੰ ਪਹਿਲ ਮਿਲਣੀ ਚਾਹੀਦੀ ਸੀ, ਲੇਕਿਨ ਅਸੀਂ ਸਾਨੂੰ ਪਹਿਲ ਤੋਂ ਪਹਿਲ ਪਹਿਲਾਂ ਨਹੀਂ ਮਿਲੀ। ਅਜੇ ਵੀ ਇਵੇਂ ਇਮਤਿਹਾਨ ਦਾ ਵਕਤ ਹੁੰਦਾ ਜੀ, ਪਹਿਲ ਸਾਨੂੰ ਬਾਅਦ ਵਿੱਚ ਮਿਲੀ, ਜਦਕਿ ਸਾਨੂੰ ਪਹਿਲ ਪਹਿਲਾਂ ਮਿਲਣੀ ਚਾਹੀਦੀ ਸੀ। ਦੇਰ ਆਇਓ ਦਰੁਸਤ ਆਏ, ਪਰ ਸਾਡੀ ਬੜੀ ਖੁਸ਼ਕਿਸਮਤੀ ਹੈ ਜਿੱਥੇ ਵੀ ਜਦ ਵੀ ਕਦੀ ਮੈਂ ਤਾਂ ਤੁਹਾਨੂੰ ਤਕਰੀਬਨ ਹਰ ਹਫ਼ਤੇ ਵੀਕਐਂਡ ਡੂਰਿੰਗ ਵੀਕ ਵੀ ਤੁਹਾਨੂੰ ਸੁਣ ਜਾਂਦਾ, ਮਿਹਰਬਾਨੀ। ਅਤੇ ਮੈਂ ਤਾਂ ਖਾਸ ਸਵਾਦ ਆਉਂਦਾ, ਆਸ ਹੈ ਅੱਜ ਦੇ ਪ੍ਰੋਗਰਾਮ 'ਚ ਸਾਡੇ ਸਰੋਤੇ ਵੀ ਰਾਗ ਮਾਲ ਕੌਂਸ ਜਿਹੜਾ ਕਿ ਸਿਰਫ ਕਲਾਸੀਕਲ ਤੁਸੀਂ ਸੁਣਾਓਗੇ, ਅਤੇ ਉਸ ਤੋਂ ਬਾਅਦ ਸਾਡੇ ਹੋਰ ਪ੍ਰੋਗਰਾਮ 'ਚ ਗੁਰਬਾਣੀ ਦੇ ਸ਼ਬਦ ਵੀ ਤੁਸੀਂ ਤੁਹਾਡੇ ਸੁਣ ਸਕਣਗੇ। ਅਤੇ ਮੈਂ ਤਹਿ ਦਿਲ ਤੋਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ, ਅਤੇ ਆਸ ਕਰਦਾ ਕਿ ਜਿਹੜੇ ਸਾਡੇ ਉੱਤਰੀ ਅਮਰੀਕਾ 'ਚ, ਕਨੇਡਾ 'ਚ ਜਾਂ ਹੋਰ ਸਾਡੇ ਆਲੇ ਦੁਆਲੇ ਦੇ ਵੱਖ ਵੱਖ ਵੈਨਕੂਵਰ, ਟੋਰਾਂਟੋ, ਹੋਰ ਸ਼ਹਿਰਾਂ 'ਚ ਵੀ ਸਾਡੇ ਭਾਈ ਭੈਣ ਨੇ ਰਹਿੰਦੇ ਨੇ, ਉਹ ਤੁਹਾਡੇ ਮਨੋਰ ਕੀਰਤਨ ਦਾ ਆਨੰਦ ਮਾਣ ਸਕਣ, ਔਰ ਤੁਸੀਂ ਇੱਥੇ ਦੀਆਂ ਨਿੱਘੀਆਂ ਅਤੇ ਮਿੱਠੀਆਂ ਯਾਦਾਂ ਲੈ ਕੇ ਵਤਨ ਵਾਪਸ ਪਰਤੋ। ਤੁਹਾਡੀ ਮਿਹਰਬਾਨੀ, ਇੱਕ ਵਾਰੀ ਫਿਰ ਆਉਣੇ, ਧੰਨਵਾਦ।
And